ਇਹਦੇ ਵਿੱਚ ਸਾਨੂੰ ਦਿੱਤਾ ਕੀ ਹੋਇਆ, ਇੱਕ ਰੈਕਟੈਂਗਲ ਦਿੱਤਾ 110 by 110, ਠੀਕ ਹੈ, 110 ਇੱਧਰੋਂ ਹੈ, 110 ਇੱਧਰੋਂ। ਕੀ ਕਰਾਂਗੇ, ਲਾਈਨ ਲਵਾਂਗੇ, ਇੱਥੇ ਕਲਿੱਕ ਕੀਤਾ, 110 ਉੱਪਰ ਗਏ, 110 ਇੱਧਰ ਗਏ, 110 ਥੱਲੇ ਆਏ, ਹਾਂਜੀ। ਉਸ ਤੋਂ ਬਾਅਦ ਸਾਨੂੰ ਆਹ ਦੇਖੋ ਡਿਸਟੈਂਸ ਦਿੱਤਾ 29 ਦਾ, ਯਾਨੀ ਕਿ ਇੱਥੋਂ ਦੀ ਲੈ ਕੇ ਇੱਥੇ ਤੱਕ 29 ਹੈ, ਇੱਥੋਂ ਦੀ ਲੈ ਕੇ ਇੱਥੇ ਤੱਕ ਵੀ 29। ਸਾਡੇ ਕੋਲ ਕਮਾਂਡ ਹੈਗੀ ਹੈ ਆਫਸੈਟ, ਠੀਕ ਹੈ, ਆਫਸੈਟ ਲਿਆ 29 ਐਂਟਰ। ਕਿਹਨੂੰ, ਮੈਂ ਕਿਹਾ ਜੀ ਇਹਨੂੰ, ਕਿੱਧਰਲੇ ਪਾਸੇ, ਇਹਨੂੰ, ਸਾਡੇ ਕੋਲ 29 29 ਦੀ ਲਾਈਨ ਕਿਉਂ ਲੱਗੀਆਂ, ਤਾਂ ਕਿ ਅਸੀਂ ਇੱਕ 30 ਡਾਇਆਮੀਟਰ ਦਾ, ਦੇਖੋ ਇੱਥੇ ਤੋਂ ਇੱਥੇ ਤੱਕ ਹੈ ਨਾ ਡਾਇਮੈਂਸ਼ਨ ਦਿੱਤੀ, ਇੱਕ 30 ਡਾਇਆਮੀਟਰ, ਇੱਕ 24 ਰੇਡੀਅਸ ਦਿੱਤਾ ਹੋਇਆ ਹੈ ਨਾ, ਅਤੇ ਇੱਕ 30 ਡਾਇਆਮੀਟਰ ਵਾਲਾ ਸਰਕਲ ਮਾਰ ਲਾਂਗੇ, 30, ਇੱਕ 24 ਰੇਡੀਅਸ ਵਾਲਾ ਮਾਰ ਲਾਂਗੇ, 20, ਠੀਕ ਹੈ। ਇਹ 68 ਦਿੱਤਾ, ਯਾਨੀ ਕਿ ਸੈਂਟਰ ਤੋਂ ਇੱਥੇ ਤੱਕ 68 ਦਿੱਤਾ ਹੈ, ਤੁਸੀਂ ਆਫਸੈਟ ਕਰ ਸਕਦੇ ਹਾਂ 68, ਆਫਸੈਟ 68 ਸੈਂਟਰ, ਇਹਨੂੰ ਠੀਕ ਹੈ। ਇੱਧਰ ਇੱਕ 8 ਦਾ ਰੇਡੀਅਸ ਦਿੱਤਾ ਹੋਇਆ ਅਤੇ 10 ਦਾ ਡਾਇਆਮੀਟਰ ਦਿੱਤਾ ਹੈ, ਯਾਨੀ ਕਿ ਦੋ ਸਰਕਲ ਮਾਰ ਲਾਂਗੇ, ਇੱਕ 8 ਦਾ ਰੇਡੀਅਸ ਅਤੇ ਇੱਕ 10 ਦਾ ਡਾਇਆਮੀਟਰ, ਠੀਕ ਹੈ। ਇੱਧਰੋਂ 66 ਦਿੱਤਾ ਹੋਇਆ, ਕਿਉਂ ਦਿੱਤਾ, ਤਾਂ ਕਿ ਦੋ ਸਰਕਲ ਮਾਰ ਸਕੀਏ, ਇੱਕ 10 ਦਾ ਰੇਡੀਅਸ, ਇੱਕ 10 ਦਾ ਡਾਇਆ, ਆਫਸੈਟ 66, ਤਾਂ ਹੀ ਪੁਆਇੰਟ ਆਊਗਾ ਨਾ, ਅਤੇ ਇੱਕ 10 ਦਾ ਡਾਇਆਮੀਟਰ ਹੈ ਅਤੇ ਇੱਕ 10 ਦਾ ਰੇਡੀਅਸ ਹੈ, ਠੀਕ ਹੈ। ਹੁਣ ਇਹ ਲਾਈਨ ਦਾ ਕੰਮ ਖਤਮ ਹੋ ਗਿਆ, ਇਹ ਲਾਈਨ ਦਾ ਕੰਮ ਖਤਮ ਹੋ ਗਿਆ, ਇਹਨਾਂ ਦੋਨਾਂ ਦਾ ਕਲੀਅਰ। ਹੁਣ ਟੇਂਜੈਂਟ ਲਾਈਨ ਲਗਾਉਣਾ ਚਾਹੁੰਦੇ ਹਾਂ ਆਪਾਂ, ਲਾਈਨ ਲਓ, ਸ਼ਿਫਟ ਦਵਾ ਕੇ ਰਾਈਟ ਕਲਿੱਕ, ਟੇਂਜੈਂਟ, ਇਹਦੇ ਨਾਲ ਸ਼ਿਫਟ ਦਵਾ ਕੇ ਰਾਈਟ ਕਲਿੱਕ, ਟੇਂਜੈਂਟ, ਇਹੀ ਕੀਤਾ ਜੀ ਆਪਾਂ, ਠੀਕ ਹੈ। ਹੁਣ ਇੱਕ ਲਾਈਨ ਇੱਥੋਂ ਸਿੱਧੀ ਲੱਗੀ ਹੋਈ ਹੈ, ਇੱਕ ਲਾਈਨ ਇੱਥੋਂ ਸਿੱਧੀ ਲੱਗੀ ਹੋਈ ਹੈ, ਇਹ ਵੀ ਲਾ ਲੈਂਦੇ ਹਾਂ, ਲਾਈਨ ਲਿੱਤੀ, ਇੱਕ ਲਾਈਨ ਇੱਥੋਂ ਸਿੱਧੀ ਲੱਗੀ ਹੈ, ਇੱਕ ਲਾਈਨ ਇੱਥੋਂ ਸਿੱਧੀ ਲੱਗੀ, ਠੀਕ ਹੈ। ਪਰ ਸਾਨੂੰ ਇੱਕ ਹੋਰ ਚੀਜ਼ ਦਿੱਤੀ ਹੈ, ਇੱਥੋਂ 23 ਆਫਸੈਟ ਹੈ, ਆ ਡਿਸਟੈਂਸ ਦਿੱਤਾ ਹੋਇਆ ਨਾ 23 ਦਾ, ਆਫਸੈਟ ਕਰਾਂਗੇ 23, ਆਫਸੈਟ 23, ਠੀਕ ਹੈ। ਹੁਣ ਇਹ ਲਾਈਨ ਮੇਰੀ ਛੋਟੀ ਰਹਿ ਗਈ, ਇਹਦਾ ਇਹਦੇ ਨਾਲ ਜੁੜਨੀ ਚਾਹੀਦੀ, ਇੱਥੇ ਕਮਾਂਡ ਹੈ ਐਕਸਟੈਂਡ, ਖਾਲੀ ਜਗ੍ਹਾ 'ਤੇ ਰਾਈਟ ਕਲਿੱਕ ਕਰੋ ਇੱਕ ਵਾਰੀ ਮਾਊਸ ਨਾਲ, ਅਤੇ ਜਿਹੜੀ ਚੀਜ਼ ਨੂੰ ਐਕਸਟੈਂਡ ਕਰਨਾ ਉਹ 'ਤੇ ਕਲਿੱਕ ਕਰੋ, ਠੀਕ ਹੈ। ਫਿਰ ਅਸੀਂ ਲਾਈਨ ਲਗਾ ਸਕਦੇ ਹਾਂ ਇੱਥੋਂ ਦੀ, ਇਹਦੇ ਟੇਂਜੈਂਟ ਦੇ, ਦੇਖੋ ਟੇਂਜੈਂਟ ਆਪਣੇ ਆਪ ਹੀ ਆ ਰਹੇ, ਠੀਕ ਹੈ। ਜੇ ਆਪਣੇ ਆਪ ਨਾ ਆਵੇ ਤਾਂ ਇਹਦਾ ਮਤਲਬ ਆਬਜੈਕਟ ਸਨੈਪ ਦੇ ਵਿੱਚ ਟੇਂਜੈਂਟ ਬੰਦ ਹੈ, ਇਹ ਆਬਜੈਕਟ ਸਨੈਪ ਹੈ, ਇਹਦੇ ਵਿੱਚ ਟੇਂਜੈਂਟ ਔਨ ਹੋਊਗਾ ਤਾਂ ਹੀ ਆਊਗਾ, ਠੀਕ ਹੈ। ਇਹ ਲਾਈਨ ਦਾ ਵੀ ਕੰਮ ਖਤਮ ਹੋ ਗਿਆ, ਇਹਨੂੰ ਡਿਲੀਟ। ਹੁਣ
ਇੱਥੇ 40 ਦੀ ਫਿਲਟ ਲੱਗੀ ਹੈ, ਇੱਥੇ 10 ਦੀ ਫਿਲਟ ਲੱਗੀ ਹੈ, ਫਿਲਟ ਕਮਾਂਡ ਲਵਾਂਗੇ, ਰਾਈਟ ਕਲਿੱਕ ਕਰਾਂਗੇ, ਰੇਡੀਅਸ ਕਿੰਨਾ ਮਤਲਬ ਚਾਹੀਦਾ, ਫਿਲਟ ਕਮਾਂਡ ਲਓ, ਰਾਈਟ ਕਲਿੱਕ ਕਰੋ, ਰੇਡੀਅਸ ਠੀਕ ਹੈ, ਇਹਨਾਂ ਲਾਈਨਾਂ ਦਾ ਕੰਮ ਵੀ ਖਤਮ ਹੋ ਗਿਆ, ਇਹਨਾਂ ਨੂੰ ਵੀ ਡਿਲੀਟ ਕਰੋ, ਫਾਲਤੂ ਦਾ ਟ੍ਰਿਮ ਕਰੋ, ਟ੍ਰਿਮ ਕਮਾਂਡ ਲਓ, ਖਾਲੀ ਜਗ੍ਹਾ 'ਤੇ ਰਾਈਟ ਕਲਿੱਕ ਕਰੋ, ਜਿਹੜੀ ਚੀਜ਼ ਨਹੀਂ ਚਾਹੀਦੀ ਉਹਦੇ ਉੱਤੇ ਕਲਿੱਕ, ਉਹਦੇ ਉੱਤੇ ਕਲਿੱਕ ਠੀਕ ਹੈ, ਬਸ ਜੀ ਆਹ ਡਰਾਇੰਗ ਬਣਾਉਣਾ ਚਾਹੁੰਦੇ ਸੀਗੇ ਠੀਕ ਹੈ, ਸੇਮ ਹੋ ਗਈ।